खेड मंत्री गुरमीत सिंह मीतेहर दे वल्लों मोहाली दे फेस 9 स्थित खेड कंपलैक्स दे विच पंजाब इंस्टीट्यूट ऑफ स्पोर्ट्स दी मैच दी अचनचेत चैकिंग की गई। इस दौरान उन्होंने खिडारियों नूं परोसे जांदे माड़े म्यार दे खाने दा गंभीर नोटिस लिया। खेड मंत्री ने कहा कि पंजाब सरकार खिडारियों दी सेहत ते उन्हां दी डाइट दे नाल कोई समझौता नहीं करेगी। मुख्यमंत्री भगवंत मान दी अगवाई वाली सरकार पंजाब सरकार खिडारियों दी सेहत ते उन्हां दी डाइट दे नाल कोई भी समझौता नहीं करेगी। खेड मंत्री ने मैच दे समान दा खुद निरीक्षण किया। ठेकेदार नूं मौके ते ही फोन करके माड़ी क्वालिटी दे खाने लई फटकार भी लगाई। मीतेहर ने कहा कि डाइट दे मापदंडां उत्ते खरा ना उतरन वाले ठेकेदारां दे ठेके रद्द किए जाएंगे। ठेकेदारों सिर्फ उच्च म्यार दे खाने दे उत्पाद ताजियां सब्जियां दे लोड़ींदी डाइट दा पूरा ख्याल रखने दे लई ताकीद भी जिहड़ी आ कीती गई है। हेलो ਤੁਸੀਂ ਕਹਾਂ ਠੇਕੇਦਾਰ ਸਾਹਿਬ, ਮੈਂ ਨਾ ਇੱਥੇ ਆਇਆ ਸੀ ਮੋਹਾਲੀ ਆਪਣੇ ਹੋਸਪਿਟਲ ਹੈ ਨਾ, ਇਹਦਾ ਠੇਕਾ ਤੁਸੀਂ ਲਿਆ। ਜਦੋਂ ਤੁਸੀਂ ਠੇਕਾ ਲਿਆ ਸੀ ਉਹਦੇ ਵਿੱਚ ਸਾਰਾ ਮੈਂਸ਼ਨ ਕੀਤਾ ਵੀ ਮਸਾਲੇ ਕਿਹੜੇ ਦੇਣੇ, ਆਟਾ ਕਿਹੜਾ ਦੇਣਾ, ਚੌਲ ਕਿਹੜੇ ਦੇਣੇ ਆ, ਇਹ ਤੁਹਾਨੂੰ ਪਤਾ ਨਹੀਂ ਸੀਗਾ। ਜਿਹੜੇ ਤੁਸੀਂ ਪਰਚੇਜ਼ ਕਰਕੇ ਲਿਆਂਦੇ ਆ ਉਹੀ ਮੈਂ ਸਾਰੇ ਦੇਖ ਕੇ ਆਇਆ। ਸਬਜ਼ੀਆਂ ਤਾਂ ਨਹੀਂ ਪਹਿਲਾਂ ਨਹੀਂ ਪਈਆਂ ਹੋਣਗੀਆਂ। ਆਹ ਤੁਹਾਡਾ ਬੰਦਾ ਖੜਾ ਕਹਿੰਦਾ ਸੀ ਮੰਡੀ 'ਚੋਂ ਮੰਗਵਾਉਣੇ ਆ, ਹੈ ਸਾਰੀਆਂ ਪੱਕੀਆਂ ਗਲੀਆਂ ਹੋਈਆਂ ਸਬਜ਼ੀਆਂ ਤੁਸੀਂ ਇੱਥੇ ਖਿਡਾਰੀਆਂ ਨੇ ਮੰਗਾ ਕੇ ਰੱਖੀਆਂ ਨੇ। ਦੁੱਧ ਵੀ ਤੁਹਾਡਾ ਜਿਹੜਾ ਵਿਦਆਊਟ ਫੈਟ ਆਉਂਦਾ ਹੈ, ਇਹ ਮੁੰਡੇ ਕਹਿੰਦੇ ਅੱਜ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਸਾਨੂੰ ਫੈਟ ਵਾਲਾ ਮੰਗਾ ਕੇ ਦਿਓ, ਉਹ ਵੀ ਤੁਸੀਂ ਪੀਲੇ ਪੈਕਟ ਮੰਗਾਏ ਆ। ਤੁਹਾਨੂੰ ਨੋਟਿਸ ਕੱਢ ਰਹੇ ਆ ਸਰ, ਜੇ ਤੁਹਾਨੂੰ ਪੁੱਗਦਾ ਤਾਂ ਤੁਸੀਂ ਕਰ ਲਓ ਅੱਗੇ, ਨਹੀਂ ਇਸ ਤਰ੍ਹਾਂ ਦਾ ਜਿਹੜੀ ਡਾਈਟ ਹੈ ਅਸੀਂ ਉਹ ਬਰਦਾਸ਼ਤ ਨਹੀਂ ਕਰਨੀ। ਚਲੋ ਕੋਈ ਨਹੀਂ, ਮੈਂ ਅਗਲੇ ਹਫ਼ਤੇ ਫਿਰ ਇੱਥੇ ਵਿਜ਼ਿਟ ਕਰੂੰਗਾ ਅਤੇ ਮੈਂ ਵੈਸੇ ਵੀ ਇੱਥੇ ਆਉਣਾ ਰਹਿੰਦਾ ਜੇ, ਕਿਉਂਕਿ ਅਸੀਂ ਤਾਂ ਦੇਖੋ ਬੱਚਾ